ਕਿਸ ਟਾਈਮ ਧਰੂੰਗੀ ਸਬਜ਼ੀ, ਜਾ ਕੇ ਲਿਆ ਗਿਆ ਉਹ ਬਲਗਣ ਜੀ ਸਬਜ਼ੀ, ਫਿਰ ਮੈਂ ਕਿਸ ਟਾਈਮ ਤੁਹਾਡੇ ਸਿਰ 'ਚ ਧਰ ਲੂੰਗੀ। ਕਿੱਦਾਂ ਗਿਆ? ਤੂੰ ਸਾਰੀ ਉਮਰ ਨੀ ਕੰਮ ਕੀਤਾ ਕਦੇ ਗਾਵਾਂ ਦਾ, ਹੁਣ ਤੇਲ ਕਰ ਦੇਣਾ ਤੇਰਾ ਮੈਂ ਵੀ ਕਰਾਂ। ਹਾਂਜੀ ਗਾਇਸ, ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਗਾਇਸ, ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਗਾਇਸ, ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਗਾਇਸ, ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗਾਇਸ, ਆਓ ਤੁਹਾਨੂੰ ਦਿਖਾਉਂਦੇ ਹਾਂ ਸਟੋਰੀ। ਗਾਇਸ, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਮੈਂ ਤੇਰਾ ਪੁੱਤਲਾ ਡਲਾ, ਕੱਲਾ ਬੈਠ ਕੇ ਰਾਤ ਨੂੰ ਰੋਵੇ। ਨਹੀਂ, ਕੰਮ ਤਾਂ ਕਰਨ ਲੱਗ ਪੈਣਾ ਸਾਡੇ ਕਰਕੇ। ਸੌਂ ਖਾ ਕੇ ਦੱਸੀਏ, ਸੱਚ ਕੇ ਝੂਠ ਆ? ਸੌਂ ਖਾ ਕੇ ਗਿਆ, ਸੌਂ ਖਾ ਕੇ। ਤੂੰ ਸਾਰੀ ਉਮਰ ਨੀ ਕੰਮ ਕੀਤਾ ਕਦੇ ਗਾਵਾਂ ਦਾ, ਹੁਣ ਤੇਲ ਕਰ ਦੇਣਾ ਤੇਰਾ ਮੈਂ ਵੀ ਕਰਾਂ। ਓ ਵਾਹ, ਉਹ ਵੱਜ ਗਈ, ਸੱਟ ਵੱਜ ਗਈ। ਕੱਕੇ ਤੇ ਪੇਨ ਕਿਲਰ ਲੈ ਗਿਆ, ਇੱਧਰ ਵਿਆਹ ਕਰਾ ਦੇਣਾ ਜ਼ਬਰਦਸਤ। ਚਲੋ ਸਿਆਲ ਯਾਰ, ਕੀ ਨਜ਼ਾਰੇ ਆ, ਲਾਲ ਲਾਲ। ਕਿਸ ਟਾਈਮ ਧਰੂੰਗੀ ਸਬਜ਼ੀ, ਜਾ ਕੇ ਲਿਆ ਗਿਆ ਉਹ ਬਲਗਣ ਜੀ ਸਬਜ਼ੀ, ਫਿਰ ਮੈਂ ਕਿਸ ਟਾਈਮ ਤੁਹਾਡੇ ਸਿਰ 'ਚ ਧਰ ਲੂੰਗੀ। ਏਦਾਂ ਹੀ ਕੁਛ ਕਿਹਾ ਤੁਹਾਨੂੰ? ਕਿੱਦਾਂ ਗਿਆ? ਕਿੱਦਾਂ ਬੋਲਦੀ? ਕਿਵੇਂ ਸਬਜ਼ੀ ਲੈ? ਚਾਂਦੀ ਦਾ ਗਲਾਸ ਸਪੈਸ਼ਲ ਨਹੀਂ ਠੀਕ ਹੈ? ਨਹੀਂ ਰੀਸਾਂ ਵੀ ਇਧਰ ਚਾਂਦੀ ਦੇ ਗਲਾਸ ਚ ਲਾਉਂਦੇ ਕਹਿੰਦੇ ਮੁੰਡੇ, ਹੱਥ ਕਰਾਉਣਾ ਨੀ ਹਟਦੇ ਹੈ ਵੀਰ ਹੋਣੀ। ਨਹੀਂ ਆ ਹਾ ਚਾਂਦੀ 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 ਹੋਈ ਗਲਾਸ ਜ਼ਰੂਰ ਕਹਿ ਦੇਣਾ। ਜਿੱਡਾ ਵੱਡਾ ਬੰਦਾ ਉਹਨਾਂ ਮੁੜਕਾ ਜ਼ਿਆਦਾ ਆਉਂਦਾ, ਪਾਣੀ ਪੀ ਪੀ ਜਾਂਦੇ 9 ਲੀਟਰ ਪਾਣੀ ਪੀ ਕੇ। ਇੱਧਰ ਪਾ ਛੋਟਾ ਹੀ ਪੀ ਬਣਿਆ ਮੋਟੇ ਡਿੱਕਾ ਹੀ ਲੱਗਦਾ ਤੂੰ ਯਾਰ ਕੋਲ। ਓਏ ਭਰਾਵਾ, ਮੈਨੂੰ ਤਾਂ ਲੱਗਾ ਤੂੰ ਮੈਨੂੰ ਗੋਰਾ ਬਾ ਲਾ ਕੇ, ਤੂੰ ਬੜਾ ਕਾਲਾ ਲੱਗਣ ਦੇ, ਬੜਾ ਕਾਲਾ ਲੱਗਣ ਦੇ। ਅਸੀਂ ਇੱਧਰ ਹਵੇਲੀ 'ਚ ਸੀ ਭੈਣੇ, ਅਸੀਂ ਤਾਂ ਠਹਿਰ ਗਏ ਹੁਣ ਇੱਥੇ ਹੀ ਆਵੇ ਤੈਨੂੰ ਮੈਂ ਬਾਈ ਗੱਗੂ, ਬਸ ਆ ਜਾਂਦੇ ਅਸੀਂ। ਨਹੀਂ ਵਿੱਚ ਆ ਜਾਣੀ ਆ। ਗਾਣਾ ਕਿਹੜੇ ਕਿੰਨੇ ਲਿਖੇ ਸੀਗੇ ਗਾਣੇ ਅੱਜ? 140 ਬਾਹਰ ਮੇਰੇ ਵੀਰੋ, ਇਹ ਸਾਡੇ ਕਿਸੇ ਖਾਸ ਬੰਦੇ ਦੀ ਆ, ਇਹ ਤੇ ਪਹਿਲਾਂ ਬਹੁਤ ਆਨੰਦ ਮਾਣੇ ਤੇ ਹੁਣ ਗਾਂ ਤਿਆਰ ਹੋਣੀ ਏ, ਤੇ ਜੇ ਕਿਸੇ ਨੂੰ ਚਾਹੀਦੀ ਤੇ ਤਾਂ ਵੀ ਦੱਸ ਦਿਓ। ਇਹ 'ਚ ਜਿਹੜਾ ਇੰਜਨ ਆ ਨਾ, ਉਹ ਟਵਾਟਾ 3C ਇੰਜਨ ਆ, ਸੀਟੀ ਵਾਲਾ ਇੰਜਨ, ਇਹ ਸੀਟੀ ਮਾਰਦਾ ਇੰਜਨ ਜਦੋਂ ਐਂ ਰੇਸ ਚੱਕੀ ਦੀ ਆ। ਹਾਂਜੀ ਗਾਇਸ, ਤੁਸੀਂ ਦੇਖ ਲਈ ਹੋਣੀ ਸਟੋਰੀ ਗਾਇਸ। ਬਾਕੀ ਗਾਇਸ, ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।